बह के वेख जवाना बाबे भंगड़ा पाते ने जेडे अजकल के नौजवान है उन्होंने मात पाते बाबे ਭੰਗੜਾ ਸਰਤਾਜ ਆ ਜਿਹਨਾਂ ਸਾਰਿਆਂ ਦਾ ਉਹ ਅਸੀਂ ਤਾਂ ਕਹਿੰਦੇ ਹੁੰਦੇ ਵੀ ਤਿੰਨ ਚਾਰ ਯੋਗਾ ਇੱਕ ਪਾਸੇ ਅਤੇ ਇਕੱਲਾ ਭੰਗੜਾ ਇੱਕ ਪਾਸੇ ਚਾਰ ਮਹੀਨੇ ਦੇ ਵਿੱਚ ਜਿਹੜੀ ਰਿਟਾਇਰਮੈਂਟ ਭੁੱਲ ਗਿਆ ਮੈਂ ਤਾਂ ਆਪਣੇ ਆਪ ਨੂੰ ਮੁੰਡਾ ਮਹਿਸੂਸ ਕਰਨ ਲੱਗਿਆ ਕਦੇ ਵੀ ਭੰਗੜਾ ਨਹੀਂ ਸੀ ਪਾਇਆ ਜ਼ਿੰਦਗੀ ਦੇ ਵਿੱਚ ਨਾ ਮੈਨੂੰ ਸਕੂਲ ਟਾਈਮ 'ਚ ਕਦੇ ਮੌਕਾ ਮਿਲਿਆ ਨਾ ਕਾਲਜ ਟਾਈਮ ਕੋਈ ਹਾਲਾਤ ਇੱਦਾਂ ਦੇ ਸੀ ਜਦੋਂ ਮੈਂ ਇੱਥੇ ਆਪਣੇ ਦੇਖਿਆ ਦੋਸਤਾਂ ਮਿੱਤਰਾਂ ਨੂੰ ਸਾਰੇ ਲੋਕਡਾਊਨ ਦੇ ਵਿੱਚ ਖਾਸ ਕਰਕੇ ਵੀ ਬਿਜ਼ੀ ਹੁੰਦੇ ਆ ਜਾ ਕੇ ਪਾਰਕ ਦੇ ਵਿੱਚ ਮੈਂ ਦੇਖਾਂ ਜਾ ਕੇ ਕੀ ਕਰਦੇ ਆ ਦੇਖਿਆ ਭੰਗੜਾ ਤਾਂ ਮੈਂ ਵੀ ਸ਼ੁਰੂ ਹੋ ਗਿਆ ਨਾਲ ਅਤੇ ਹੁਣ ਦੇਖੋ ਤੁਸੀਂ ਮੈਂ 18-20 ਸਾਲ ਦੇ ਮੁੰਡੇ ਦਾ ਮੁਕਾਬਲਾ ਕਰ ਸਕਦਾ ਹੋ ਮੋਡੇ ਉੱਤੇ ਖੁੰਡੇ ਜਦੋਂ ਸ਼ੇਰ ਗੱਜਦੇ ਛੱਡ ਕੇ ਮੈਦਾਨ ਵੈਰੀ ਜਾਣ ਭੱਜਦੇ ਮੌਤ ਨੂੰ ਮਖੌਲਾ ਰਹਿੰਦੇ ਨਿੱਤ ਕਰਦੇ ਲੜਨੋਂ ਤੇ ਮਰਨੋਂ ਕਦੇ ਨਾ ਡਰਦੇ ਉੱਚੇ ਲੰਮੇ ਪੁੱਤ ਇਹ ਪੰਜੀ ਆਵਦੇ ਓ ਭੰਗੜੇ ਦੀ ਜਾਨ ਗੱਭਰੂ ਪੰਜਾਬ ਦੇ ਭੰਗੜੇ ਦੀ ਜਾਨ ਗੱਭਰੂ ਪੰਜਾਬ ਦੇ ਸੰਨ 81 ਤੋਂ ਸ਼ੁਰੂ ਕੀਤਾ ਹੋਇਆ ਸੀਗਾ ਅਤੇ ਨਾਲ ਬਿੰਦ ਰੱਖੀ ਨੇ ਮੇਰੇ ਨਾਲ ਭੰਗੜਾ ਪਾਇਆ ਮੈਂ ਫਲੂਟ ਵਜਾ ਲੈਂਦਾ ਜੀ ਹਾਰਮੋਨੀਅਮ ਤਬਲਾ ਵਜਾ ਲੈਂਦਾ ਜੀ ਢੋਲ ਵੀ ਵਜਾ ਲੈਂਦਾ ਜੀ ਜਿਹੜੀ ਇਹਨਾਂ ਦੀ ਏਜ ਹੈ ਉਹ 55 ਸਾਲ ਤੋਂ ਸਾਰੇ ਉੱਪਰ ਨੇ ਪਰ ਲੱਗਦਾ ਨਹੀਂ ਕੋਈ ਵੀ 55 ਸਾਲ ਦਾ ਇਸ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਮਾਤ ਪਾ ਰਹੇ ਨੇ ਇਹ ਬਾਬੇ ਬਾਬੇ ਕਹਿਣ 'ਚ ਮੈਨੂੰ ਸ਼ਰਮ ਆ ਰਹੀ ਹੈ ਬੱਲੇ 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 ਬਾਈ ਸਕਰੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸੈਕਟਰ 42 ਲੇਕ 'ਤੇ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਆਇਆ ਸੀ ਅਤੇ ਉਹਨਾਂ ਦੀ ਜਿਉਂਦੀ ਜਾਗਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਤੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਹੈ ਉਹਨਾਂ ਨੂੰ ਮਾਤ ਪਾਉਂਦੇ ਬਾਬੇ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਬਾਬੇ ਨਹੀਂ ਕਹਿ ਸਕਦੇ ਆਪਾਂ ਇਹ ਜਵਾਨ ਨੇ ਜਵਾਨ ਕਿਵੇਂ ਨੇ ਤੁਸੀਂ ਇਹਨਾਂ ਦਾ ਜਿਹੜਾ ਸਰੀਰ ਹੈ ਜਿਹੜਾ ਇਹਨਾਂ ਦਾ ਭੰਗੜਾ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਇਹ ਲਚਕੀਲੇ ਨੇ ਕਿਵੇਂ ਇਹ ਹੱਟੇ ਕੱਟੇ ਪਏ ਨੇ ਕਿੰਨੇ ਤੰਦਰੁਸਤ ਨੇ ਕਿੰਨੇ ਖੁਸ਼ ਮਿਜ਼ਾਜ ਨੇ ਇਹਨਾਂ ਦਾ ਚਿਹਰਾ ਦੇਖੋ ਤੁਸੀਂ ਖੁਸ਼ ਨੇ ਇੱਥੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਭੰਗੜਾ ਕਦੋਂ ਤੋਂ ਕਿੱਥੇ ਕਦੋਂ ਤੋਂ ਕਿਵੇਂ ਕਰ ਰਹੇ ਨੇ ਅੱਜ ਉਹ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਦੋਂ ਤੋਂ ਤੁਸੀਂ ਇੱਥੇ ਆ ਰਹੇ ਹੋ ਅਤੇ ਕੀ ਕਿਵੇਂ ਦਾ ਤੁਸੀਂ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਐਕਸਰਸਾਈਜ਼ ਕਰਕੇ ਭੰਗੜਾ ਕਰਕੇ ਮੈਂ ਤਾਂ ਇੱਥੇ ਬੜੇ ਵਰਿਆਂ ਤੋਂ ਆ ਰਿਹਾ ਲੇਕਿਨ ਇਹ ਜਿਹੜੇ ਹੈਗੇ ਆਪਣੇ ਭੰਗੜੇ ਦੇ ਸਾਥੀ ਇਹ ਪਿਛਲੇ 6 ਮਹੀਨੇ ਤੋਂ ਇਹ ਲੋਕ ਆ ਰਹੇ ਹਾਂ ਥੈਂਕ ਯੂ ਸੋ ਮਚ ਜੀ ਦੇਖਿਆ ਤੁਸੀਂ ਇਹਨਾਂ ਦੀ ਗੱਲਾਂ ਤੋਂ ਵੀ ਜਾਣ ਸਕਦੇ ਹੋ ਕਿ ਇਹ ਕਿਵੇਂ ਇੱਥੇ ਕਿੰਨੀ ਖੁਸ਼ੀ ਕਿੰਨਾ ਆਨੰਦ ਮਾਣਦੇ ਨੇ ਇੱਥੇ ਆ ਕੇ ਇਹ ਪਿਆਰ ਹੀ ਹੈ ਜਿਹੜਾ ਇੱਕ ਦੂਜੇ ਨਾਲ ਜੋੜ ਕੇ ਰੱਖਦਾ ਆਪਾਂ ਹੋਰ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਦੋਂ ਤੋਂ ਤੁਸੀਂ ਇੱਥੇ ਭੰਗੜਾ ਜਿਹੜਾ ਪ੍ਰੈਕਟਿਸ ਕਰ ਰਹੇ ਹੋ ਕਦੋਂ ਤੋਂ ਤੁਸੀਂ ਇੱਥੇ ਸ਼ੁਰੂ ਕੀਤਾ ਹੋਇਆ ਇੱਥੇ ਤਾਂ ਮੈਨੂੰ ਤਾਂ ਖੈਰ ਥੋੜ੍ਹਾ ਚਿਰ ਹੋਇਆ ਪਰ ਸਾਡੇ ਵੀਰ ਬਹੁਤ ਅਰਸਾ ਪਹਿਲਾਂ ਇੱਥੇ ਘਰ ਲੋਕਡਾਊਨ ਤੋਂ ਬਾਅਦ ਇਮੀਡੀਏਟਲੀ ਜਦੋਂ ਸਰਕਾਰ ਨੇ ਅਲਾਓ ਕੀਤਾ ਵੀ ਤੁਸੀਂ ਪਾਰਕ ਦੇ ਵਿੱਚ ਇਕੱਠੇ ਹੋ ਕੇ ਆਪਣਾ ਨੱਚ ਐਕਸਰਸਾਈਜ਼ ਵਗੈਰਾ ਕੁਛ ਕਰ ਸਕਦੇ ਹੋ ਫਿਜ਼ੀਕਲ ਫਿਟਨੈਸ ਵਾਸਤੇ ਤਾਂ ਉਦੋਂ ਤੋਂ ਸਾਰੇ ਇਕੱਠੇ ਹੋ ਕੇ ਕਰ ਇਹ
एक जिम के भंगड़ा पाया जाता है या एक्सरसाइज की जाने ने, तो एक आप खुले आम आप खुले तौर पर भंगड़ा पा रहे, एक इनडोर भंगड़ा होंगे, कि फर्क महसूस होंगे भी कि फर्क है इन दोवे विचकार? मेरे हिसाब न बड़ा फर्क है वीरे, जमीन समान का फर्क है। मैं अपने दसदा माड़ा जा, मैं इंस्पैक्टर पुलिस रिटायर हाँ, तो अज मेरी उम्र 60 साल है। मैं इतने जो दसिया भोला भाजी ने भी आप भंगड़ा करना, आप 4 महीने हो गए इतने कट्ठे हो, 4 महीने के साली जी रिटायरमेंट भुल गया मैं तो अपने आप को मुंडा महसूस कर लग गया। नहीं तुसी हो मुंडे नहीं ऐसी गल तो नहीं, पर मैं महसूस कर लग गया मुंडा है। और जिम वाला भंगड़ा जोड़ा है ना जी, जिम के मैं भी ऑफर आती है कि सू सिखा दो आके, मैं प्रैफर नहीं करता। जिम एक बाउंडेड एरिया है, उत्थे तुहानू फ्रैश एयर नहीं मिलती, कुदरत नाल तुसी अटैच नहीं हो सकते। इतने आके आप सवेरे सवेरे अर्ली आवर 5:30 जाने जी, आप सारे डायरी बंदे हैं, कुछ सर्विस वाले भी है, आप इंजॉय करते हैं कुदरत दे नाल मिलके, जो असी परफॉर्म करते हैं, जो सानू कुदरत दिंदी है एनर्जी, पॉजिटिव एनर्जी मिलती है सानू, वो जिम च नहीं मिल सकती। मैं कदे भी भंगड़ा नहीं पाया जिंदगी दे विच, ना मैंने स्कूल टाइम कदे मौका मिलया, ना कॉलेज टाइम, कोई हालात इदां दे सी। जदों मैं इत्थे अपने देखिया दोस्तां मित्रां नूं सारे लॉकडाउन दे विच खास करके भी बिजी हुंदे आ जाके पार्क दे विच, मैं देखा जाके की करदे आ, देखिया भंगड़ा तां मैं भी शुरू हो गया नाल, ते हुण देखो तुसीं मैं 18-20 साल दे मुंडे दा मुकाबला कर सकदा। सत श्री अकाल जी। सत श्री अकाल जी। सत श्री अकाल। की कदों तो तुसी इत्थे आ रहे हो, ते की एज है तुहाडी? मैनू तां मेरी एज तां तुसी जज करो किन्नी होगी मैनू लगदे हो तुसी 40-42 साल दे। हाँ बस यही है, मैं इन्ना के रहना चाहना वैसे मेरी 62 है। अच्छा जी 62। की काम करदे हो? मैं बेसिकली आर्टिस्ट हाँ, स्केच आर्टिस्ट, पेंटिंग आर्टिस्ट। अच्छा जी। ते फिर मैं अपना ये भी भंगड़े का भी करता रहता सीगा, तकरीबन 81 तो शुरू किया है। तो नाल बिंद रखी ने मेरे नाल भंगड़ा पाया, होर जिहड़े तगड़े वधिया आर्टिस्ट है अपना जगतार सिंह जग्गा जी, इन्हां नाल मतलब साडी बहुत ज़्यादा सांझ सी, जिन्नी बार भी असीं भंगड़ा भुंगड़ा पाण जांदे सीगे नाल इहनूं लैके जांदे सी बोलियां दे, ते हुण नाल दी नाल मेरा प्रोफेशनल जिहड़ा वो नाल नाल चलदा रहिंदा, नाल दी नाल भंगड़ा भी पाई जाईदा, ते अपने आप नूं फिट। मैं फलूट वजा लैंदा जी, हारमोनीयम तबला वजा लैंदा जी, ढोल भी वजा लैंदा जी। ठीक है जी, ये सारिया मतलब कहते ना भी सीखी चलो, जो कुछ भी आता जो कुछ भी कहते सीख मिलता जो कुछ भी कहते लाइफ सीख मिलता ना सीखी चलो, ये मेरी मतलब एक सोच है। इन्हों मैं ना देखता रहा वीडियो के भी समाइल बड़ी सोहनी करते हो, इस समाइल का राज की है? समाइल जी भंगड़े जी राज मेन। मैं 6वीं क्लास जो शुरू किया 1972 का शुरू किया भंगड़ा पाना। 1972 तो 72 तो तुम भंगड़ा पा रहे हो, तो ही अजक फिट हो, तो 72 तो बाद कॉलेज स्कूल टाइम सारा इंडिया पूरा किया। बाद फिर मैं 92 जॉब चाहन तो बाद मेरी जॉब इदा दी कुछ अपना फील्ड जाना पैंता है, मैं फील्ड जॉब से मेरी, तो फिर मैं थोड़ा कट ऑफ हो गया इधरों, तो मेरी 2020 रिटायरमेंट हुई है। मैं सरबजीत सिंह मेरा नाम है, मैं डिप्टी डायरेक्टर फूड एंड सप्लाई रिटायर्ड हाँ। तो लॉकडाउन बीच मेरा जो हो रिटायरमेंट उस लॉकडाउन असी घर बैठे बड़े तंग जा गए, ये भोला कलहरी मेरे अभी 35 साल पुराने दोस्त आ कट्ठे शुरू तो। मैं एक दिन फोन करा, मैं यार आप हम तो घर बैठे बोर हो गए, कुछ करिए आप शुरू, कहते हाँ। असी फिर उत्ते अपने मोहाली 68 सैक्टर शुरू किया, असी पहला झूमर पाया उत्थे, असी पिछले वो परफॉर्मेंस भी की है नवंबर च कला भवन च, तो फिर असी कहा भी हूँ तो ये परफॉर्मेंस होगी कि मैं करा, फिर असी सोचा भी इतने एक उरे 42 आप रेगुलर कर दिया, असी उदों शुरू किया नवंबर दसंबर जे च, उदों असी मेरे ख्याल 6 जने सी सिर्फ जो शुरू किया, ठंड भी पूरी सी, पर ज्यों ज्यों असी आउंदे गए लोग देखते गए सैर करते गए नाल जुड़ते गए इंजॉय करते, हुण जिहड़े कई अजे बंदे ने जिहड़े दो खड़े ने मनजीत सिंह सरबजीत सिंह दूजे भाई ने, ये ना कुछ नहीं आता सी, ये सैर कर देंदे सी उत्थे, ये इत्थे आ के बह गए, असी कहा तुसी भाई कहिंदा असी सिखणा आ जाओ, जिहड़े भी हुण सानू कोल आउंदा देख के आ जाओ भाई सिखो, ते साडे भोला कलहरी भाजी जिहड़े बहुत मेहनत लाउंदे ने पूरे बंदिया नूं कल्ला कल्ला स्टैप सिखा देंदे ने, जिन्हां नूं बिल्कुल ए बी सी भी नहीं सौंदी, अज थोड़े सामने देखो कितना सोहना झूमर पा रहे ने सोहना झूमर पाया, सच्ची गल ये गल है। ये मतलब कि कहिंदा ये कि जिहड़ा इत्थे भंगड़ा शुरू होया
किन्ने क चार पांच महीने तो कह रहे हैं भी इतने भंगड़ा शुरू होया। हाँ जी हाँ जी, जेड़ी उपज है तुसी शुरू की है लग लगी भाजी ने। हाँ जी, तो सारे दे जिन्हें भी इतने हैं ना सारे लगते हैं कि कम कार वाले हैं ना, तो किवें रूटीन बनता है भंगड़े तो बाद भी थकावट महसूस हो जाती है क्योंकि भंगड़ा पाए तो बाद एक जोर वाला काम है भी है ना। जोर हम जिम्मे रिटायर होए भी असं तो हम सू तो एक्टिविटी चाहिए कोई ना कोई, तो घर बैठे बोर होंगे असं इतों हम जाके घंटा डेढ़ घंटा ला के अपना घर जाके अपना बरी बस रिलैक्स करीदा, फिर असं घर बह के सोचते हैं भी वो बारे होर कम करिए अगे भी वो भंगड़े कोई नवे एक्शन करिए कुछ नवी बोलियां। मैं मेरा शौक मैं लिखने का भी आई लिखते भी? हाँ, मेरा राइटिंग मेरा नवजीत चंडीगढ़ है, मेरे बहुत गीत रिकॉर्ड हुए हुए हैं। मेरा मेन जो राज बराड़ सी दोस्त मेरा, उन्हें बहुत गीत गाए ने, मनिंदर मंगा से उन्हें गाए ने, बाहर इंग्लैंड रेंदे हीरा गुरपाले धामी इंग्लैंड जो दूजे रेंदे चन्नी भाजी उन्होंने गाए, होर बहुत कलाकार ने गाए ने। तो उस इस तो बाद जाके ने घर बैठ के फिर असं सोच रहे हैं ये सैक्शन से हम की नवी बोली लिखिए कुछ लिखिए, मतलब दिमाग फिर उधर चलिया रहा लग्या रहा सी कुछ ना कुछ क्रिएटिव सोचते रहने अं। जिवें तुसीं क्या लिखते हो कोई गाना हो जाए थोड़ा लिखा होया? लिखा हुआ गाना मेरा तो बहुत ने, हुण याद तो कोई पूरा होना नहीं मैंने कोई चार लाइनें सुना। चार लाइनें सुना। एक गीत मेरा मनिंदर मंगे ने गया से, इनू बहुता ना चमकाया कर, इनू चुन्नी हेठ लुकाया कर, ये नित शरारत कर दाए, कोई हो के रहूगा कारा, साडे दिल ते पैंदा ए नी तेरे कोके दा लिशकारा, साडे दिल ते पैंदा ए नी तेरे कोके दा लिशकारा। बहुत सोहना लिखा है तुसी, बहुत सोहना गाया भी है फोक आवाज दे विच। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਆਈਡੀਆ ਇੱਥੇ ਲੇਕ 'ਤੇ ਭੰਗੜਾ ਪਾਉਣ ਦਾ ਕਿਵੇਂ ਤੁਹਾਡੇ ਮਾਇੰਡ ਦੇ ਵਿੱਚ ਆਇਆ, ਕੀ ਸੋਚਿਆ ਤੁਸੀਂ ਵੀ ਇੱਥੇ ਆਪਾਂ ਇਹ ਸ਼ੁਰੂ ਕਰੀਏ? ਸਭ ਤੋਂ ਪਹਿਲੀ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਇਹ ਜਿੰਨੇ ਵੀ ਬੰਦੇ ਨੇ ਮੇਰੇ ਕੋਲ ਇਹ ਆ ਨੇ ਸਾਰੇ ਬੰਦੇ ਰਿਟਾਇਰੀ ਨੇ, ਠੀਕ ਹੈ। ਜ਼ਿੰਦਗੀ ਦੇ ਵਿੱਚ ਹਰੇਕ ਬੰਦਾ ਦੁਖੀ ਹੁੰਦਾ ਹੈ, ਮੇਰੇ ਮਨ 'ਚ ਇਹ ਸੀਗਾ ਵੀ ਸਾਰੇ ਬੰਦਿਆਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢੀਏ, ਕਿ ਕਰੋਨਾ ਦੀ ਮਾਰ ਨਾਲ ਵੀ ਬੱਚੇ ਸਾਰੇ ਫਸੇ ਹੋਏ ਸੀਗੇ, ਉਹਨੂੰ ਬਾਹਰ ਕੱਢੀਏ, ਉਹਨਾਂ ਨੂੰ ਹਸਾਈਏ, ਇਹਨੂੰ ਇਹ ਦੇਖੋ ਵੀ ਯੋਗਾ ਵੀ ਲੋਕ ਕਰਦੇ ਨੇ ਘਰਾਂ 'ਚ ਬੈਠ ਕੇ, ਇਹ ਸਾਡੀ ਇੱਕ ਯੋਗ ਆ, ਇੱਥੇ ਇੱਕ ਯੋਗ ਆ ਸਾਡੀ, ਇਹ ਨਾਲੇ ਯੋਗਾ ਕਰਦੇ ਹਾਂ, ਨਾਲੇ ਐਕਸਰਸਾਈਜ਼ ਕਰਦੇ ਹਾਂ, ਫਿਜੀਕਲੀ ਫਿਟਨੈਸ, ਨਾਲੇ ਇੱਕ ਕਲਾ ਦਿੰਦੇ ਹਾਂ, ਇਹ ਸਾਰੇ ਬੰਦੇ ਆਲਰੇਡੀ ਕਲਾ ਦੇ ਨਾਲ ਜੁੜੇ ਹੋਏ ਨੇ ਸਾਡੇ ਜਿੰਨੇ ਵੀ ਹੈਗੇ ਨੇਗੇ, ਅਸੀਂ ਇਹਨਾਂ ਨੂੰ ਇਕੱਠਾ ਕੀਤਾ, ਸਾਨੂੰ ਹੋ ਗਏ ਹੋਊਗਾ 2-3 ਮਹੀਨੇ ਹੋ ਗਏ, ਹੌਲੀ ਹੌਲੀ ਐਕਸਰਸਾਈਜ਼ ਕਰਦੇ ਹਾਂ, ਨਾਲੇ ਆਪਦਾ ਇੰਟਰਟੇਨਮੈਂਟ ਵੀ ਕਰਦੇ ਹਾਂ, ਹਾਸੀ ਮਜ਼ਾਕ ਵੀ ਕਰਦੇ ਹਾਂ, ਚੌੜ ਵੀ ਕਰਦੇ ਹਾਂ, ਵਿੱਚ ਲਤੀਫੇ ਵੀ ਸੁਣਾਉਂਦੇ ਹਾਂ, ਸਾਰੇ ਸੁਣਾਉਂਦੇ ਹਾਂ, ਸਾਰਾ ਕੁਝ ਚੱਲਦਾ ਇਹਦੇ ਵਿੱਚ, ਠੀਕ ਹੈ ਨਾ। ਜਿੰਨਾ ਚਿਰ ਬੰਦੇ ਨੂੰ ਇੱਕ ਤਾਂ ਆਰਟੀਫਿਸ਼ਲ ਹੱਸਣਾ, ਇੱਕ ਜਿਹੜਾ ਜੈਨੂਨ ਹੱਸਣਾ, ਕੁਦਰਤੀ ਹੱਸਣਾ ਜਿਹੜਾ, ਉਹਦੇ ਵਰਗੀ ਖੁਰਾਕ ਸਾਨੂੰ ਕਿਤੇ ਨਹੀਂ ਮਿਲਦੀ, ਠੀਕ ਹੈ ਨਾ। ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਆਪਾਂ ਗੱਲ ਕਰਦੇ, ਤੁਸੀਂ ਗੱਲ ਕਰੀ ਯੋਗਾ ਦੀ, ਹੈ ਨਾ, ਯੋਗਾ ਜੇ ਆਪਾਂ ਕਰਦੇ ਹਾਂ ਤਾਂ ਬਿਮਾਰੀਆਂ ਬਹੁਤ ਦੂਰ ਹੁੰਦੀਆਂ, ਸਰੀਰ ਨੂੰ ਚੰਗੀ ਤਾਜ਼ੀ ਮਤਲਬ ਤਾਜ਼ਾ ਰੱਖਦਾ, ਫਰੈਸ਼ ਰੱਖਦਾ, ਐਕਸਰਸਾਈਜ਼ ਵੀ ਜਿਹੜਾ ਸਰੀਰ ਨੂੰ ਤੰਦਰੁਸਤ ਰੱਖਦਾ, ਅਤੇ ਇੱਕ ਭੰਗੜਾ ਵੀ ਉਵੇਂ ਦਾ ਹੀ ਹੈ ਜਿਹੜਾ ਸਰੀਰ ਨੂੰ ਤੰਦਰੁਸਤ ਰੱਖਦਾ। ਅਤੇ ਇਹਦੇ ਨਾਲ ਆਪਾਂ ਜੇ ਯੋਗਾ ਨਾਲ ਕੰਪੇਰੀਜ਼ ਜਿਵੇਂ ਯੋਗਾ ਕਈ ਬਿਮਾਰੀਆਂ ਦੂਰ ਕਰਦਾ, ਭੰਗੜੇ ਤੁਹਾਨੂੰ ਕੀ ਲੱਗਦਾ ਵੀ ਇਹ ਬਿਮਾਰੀਆਂ ਦੂਰ ਹੋ ਸਕਦੀਆਂ ਨੇ? ਭੰਗੜਾ ਤਾਂ ਇੱਕ ਇਹੋ ਜਿਹੀ ਐਕਸਰਸਾਈਜ਼ ਹੈ ਜੀ, ਪੈਰਾਂ ਦੇ ਫੁੱਲ ਤੋਂ ਲੈ ਕੇ ਸਿਰ ਦੇ ਤਾਲੂਏ ਤੱਕ ਦੀ ਐਕਸਰਸਾਈਜ਼ ਹੈ, ਠੀਕ ਨਾ। ਇਹ ਹਰ ਵਾਰੀ ਜਿੰਨੀਆਂ ਵੀ ਅਸੀਂ ਕਿਰਿਆਵਾਂ ਕਰਦੇ ਹਾਂ, ਅਸੀਂ ਜਿੰਨੀਆਂ ਵੀ ਕੰਮ ਕਾਮ ਕਰਦੇ ਨਾ, ਜਿਹੜੇ ਕੰਮ ਦੀਆਂ ਸਾਡੀਆਂ ਕਿਰਿਆਵਾਂ ਨੇ, ਉਹ ਅਸੀਂ ਡਾਂਸ ਦੇ ਵਿੱਚ ਲੈ ਕੇ ਆਉਂਦੇ ਹਾਂ ਸਾਰੀ ਜਿੰਨੀ ਵੀ ਬੰਦੇ। ਬਿਲਕੁਲ ਇਹ ਹੈ ਵੀ ਇਹਦੇ ਨਾਲ ਪਾਚਨ ਪ੍ਰਣਾਲੀ ਵੀ ਠੀਕ ਹੁੰਦੀ ਹੈ, ਇਹਦੇ ਨਾਲ ਫਿਜੀਕਲੀ ਫਿਟਨੈਸ ਵੀ ਹੁੰਦੀ ਹੈ, ਇਹ 'ਚ ਗਰੋਥ ਵੀ ਹੁੰਦੀ ਹੈ ਸਰੀਰ ਦੀ, ਇਹ 'ਚ ਗਰੋਥ ਵੀ ਹੁੰਦੀ ਹੈ। ਬੈਸਟ ਵਿਸ਼ੇਸ਼ ਤੁਹਾਨੂੰ ਸਾਰਿਆਂ ਨੂੰ ਸਕਰੋਲ ਪੰਜਾਬ ਦੀ ਟੀਮ ਵੱਲੋਂ, ਤੁਸੀਂ ਐਵੇਂ ਹੱਸਦੇ ਵੱਜਦੇ ਨੱਚਦੇ ਟੱਪਦੇ ਰਹੋ ਅਤੇ ਖੂਬ ਜਵਾਨੀਆਂ ਮਾਰੋ। ਇਹ ਜਿਹੜੇ ਬਾਬੇ ਨੇ ਇਹ ਸਾਰੇ ਦੇ ਸਾਰੇ 55 ਸਾਲ ਤੋਂ ਉੱਪਰ ਨੇ, ਜਿਹੜੀ ਇਹਨਾਂ ਦੀ ਏਜ ਹੈ ਉਹ 55 ਸਾਲ ਤੋਂ ਸਾਰੇ ਉੱਪਰ ਨੇ, ਪਰ ਲੱਗਦਾ ਨਹੀਂ ਕੋਈ ਵੀ 55 ਸਾਲ ਦਾ, ਇਹ ਸਾਰੇ ਲੱਗਦੇ ਨੇ ਅੱਜ ਕੱਲ੍ਹ ਮੇਰੇ ਵਰਗੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਮਾਤ ਪਾ ਰਹੇ ਨੇ ਇਹ ਬਾਬੇ। ਬਾਬੇ ਕਹਿਣ 'ਚ ਮੈਨੂੰ ਸ਼ਰਮ ਆ ਰਹੀ ਹੈ, ਇਹ ਬਾਬੇ ਨਹੀਂ ਇਹ ਨੌਜਵਾਨ ਨੇ, ਇਹ ਜਿਵੇਂ 22 ਸਾਲਾਂ ਦੇ ਹੁੰਦੇ ਨਾ ਜਵਾਨੀ ਮੁੱਛਫੁੱਟ ਗੱਭਰੂ, ਉਹ ਨੇ ਸਾਰੇ, ਅਤੇ ਇਹ ਮਿਸਾਲ ਨੇ ਇੱਕ ਉਹਨਾਂ ਲਈ ਜਿਹੜੇ ਬੱਚੇ ਜਿਹੜੇ ਨੌਜਵਾਨ ਨਸ਼ਿਆਂ ਵੱਲ ਨੂੰ ਜਾਂਦੇ ਨੇ ਜਾਂ ਕਹਿ ਲਓ ਕਿ ਕ੍ਰਾਈਮ ਵੱਲ ਨੂੰ ਜਾਂਦੇ ਨੇ, ਉਹ ਇਹਨਾਂ ਜੇ ਇਹਨਾਂ ਦਾ ਭੰਗੜਾ ਦੇਖ ਲੈਣ ਜਾਂ ਇਹਨਾਂ ਦਾ ਜਿਹੜਾ ਸਟਾਈਲ ਦੇਖ ਲੈਣ, ਇਹਨਾਂ ਦਾ ਜਿਹੜਾ ਜੀਣ ਦਾ ਤਰੀਕਾ ਦੇਖ ਲੈਣ, ਉਹ ਬਹੁਤ ਕੁਛ ਸਿੱਖਣਗੇ ਇਹਨਾਂ ਤੋਂ।
तो उम्मीद करते हैं कि जे कोई होर भी इत्थे भंगड़ा सीखना चाहुंदा है चंडीगढ़ का निवासी या कोई तो भी वह सवेरे 5:30 बजे चंडीगढ़ सैक्टर 42 की लेक ते आ सकता है फ्री ऑफ कॉस्ट भंगड़ा सिखाएंगे उन्होंने। तो हुण दिओ सानू इजाजत बीजे भुपिंदरजीत सिंह दे नाल, मैं हरदेव सिंह, स्क्रोल पंजाब चंडीगढ़। देश दुनिया दीआं खबरां सब तो पहला जानन दे लई लाइक सबसक्राइब ते फॉलो करो स्क्रोल पंजाब।